ਬਾਲ ਬੱਚੇ ਤਾਂ ਇੱਕ ਤਾਂ ਖਤਮ ਹੋ ਗਿਆ। ਪੰਜਾਬ ਅਤੇ ਪਾਕਿਸਤਾਨ ਦੀ ਵੰਡ ਤੁਸੀਂ ਆਪਣੇ ਅੱਖੀਂ ਦੇਖੀ ਹੈ ਨਾ? ਹਾਂ, ਸਾਡੇ ਬੰਦੇ ਜਿਹੜੇ ਸੀ ਜਿੰਦਿਆਂ ਨੂੰ ਅੱਗਾਂ ਲਾਤੀਆਂ, ਜਿਸ ਵੇਲੇ ਇਹ ਕੰਮ ਹੋਇਆ ਸਾ ਵਡਾਂਗਾ ਬਹੁਤ ਹੋਇਆ, ਇੱਧਰ ਹੁਣ ਕੋਈ ਨਹੀਂ ਰਿਹਾ, ਸਭ ਖਤਮ ਹੋ ਗਏ। ਇੱਕ ਬੰਦਾ ਆਇਆ ਸਾ, ਬਸ ਉਹ ਵੀ ਮੁਰਦਿਆਂ ਨੂੰ ਨਿਕਲ ਕੇ ਆਇਆ। ਸਾਡੇ ਫਸਲਾਂ ਬਿਲਕੁਲ ਤਬਾਹ ਹੋ ਜਾਂਦੀਆਂ, ਇੱਥੇ ਪੁਲੀ ਵੀ ਢਹਿ ਗਈ ਹੈ, ਉੱਥੇ ਲੰਘਣ ਨੂੰ ਰਸਤਾ ਵੀ ਨਹੀਂ ਹੈਗਾ। ਮੁਹੱਲਾ ਕਲੀਨਿਕ ਔਰ ਡਿਸਪੈਂਸਰੀ ਤਾਂ ਇਸ ਪਿੰਡ ਦੇ ਵਿੱਚ ਬਿਲਕੁਲ ਨਾਮ ਹੀ ਨਿਸ਼ਾਨ ਨਹੀਂ ਹੈ, ਨਾ ਇਹ ਕੋਈ ਗ੍ਰਾਂਟ ਆਈ ਇਹਦੇ ਵਾਸਤੇ, ਸਿਲਾਈ ਸੈਂਟਰ ਵਾਸਤੇ ਇੱਕ ਡੰਗਰ ਹਸਪਤਾਲ ਨਹੀਂ ਇੱਕ ਕਮਰੇ ਦਾ ਹੁੰਦਾ ਉਹ, ਨਾ ਇਹ ਕੋਈ ਸਰਕਾਰੀ ਡਾਕਟਰ ਦੀ ਸੁਵਿਧਾ ਹੈ। ਹੋਰ ਜਿੱਦਾਂ ਪੈਸੇ ਇਕੱਠੇ ਕਰਕੇ ਉਹ ਪਿੱਛੇ ਜਗ੍ਹਾ ਸੀ ਉੱਥੇ ਕੀਤਾ ਵੀ ਇੱਥੇ ਕੋਈ ਵੀ ਕਿਸੇ ਵੀ ਜਾਤੀ ਬਰਾਦਰੀ ਦਾ ਹੋਵੇ ਆ ਕੇ ਫਰੀ ਇੱਥੇ ਆ ਕੇ ਆਪਣਾ ਲੜਕੀਆਂ ਦੇ ਵਿਆਹ ਕਰੇ ਜਾਂ ਹੋਰ ਵੀ ਕੋਈ ਫੰਕਸ਼ਨ। ਕੀ ਨਾਂ ਤੁਹਾਡਾ ਜੀ? ਬਖਤਾਵਰ ਸਿੰਘ ਜੀ। ਅਤੇ ਪਿਛਲਾ ਪਿੰਡ ਕਿਹੜਾ ਤੁਹਾਡਾ? ਆਹੀ ਮੁੱਖੋ ਮਜਾਰਾ। ਮੁੱਖੋ ਮਜਾਰਾ, ਅੱਛਾ। ਅਤੇ ਕਿੰਨੀ ਉਮਰ ਹੋ ਗਈ ਹੁਣ ਤੁਹਾਡੀ? ਹਾਂ ਲਾਲਾ ਸਾਹਿਬ, ਕਿੰਨੀ ਹੋਈ ਆ? 1932 ਦਾ ਜਨਮ ਆ ਇਹ ਲਾਲਾ ਸਾਹਿਬ। ਉਹ ਬੰਦਾ ਸਾਡੇ ਮਰ ਗਿਆ ਵਾ, ਹੁਣ ਉਹ ਬਚਾਓ ਹੀ ਦੱਸਦਾ ਹੁੰਦਾ ਸਾ। ਹਾਂ, ਤੇ ਇੰਨੀ ਉਮਰ ਹੋ ਗਈ ਆ ਤੇ ਉਹਦੇ ਬਾਵਜੂਦ ਤੁਸੀਂ ਕੰਮ ਕਰਦੇ ਹੋ, ਤੁਸੀਂ ਅਜੇ ਵੀ ਤੰਦਰੁਸਤ ਹੋ? ਹੁਣੇ ਢਿੱਲੀ ਜਾਏ ਹੋਇਓ ਆ, ਨਹੀਂ ਤਾਂ ਕੰਮ ਤਾਂ ਕਰੀ ਜਾਂਦੇ ਹਾਂ। ਕੰਮ ਤਾਂ ਕਰੀ ਜਾਂਦੇ ਹਾਂ, ਖੇਤੀਬਾੜੀ ਦਾ ਕੰਮ ਵੀ ਕਰਦੇ? ਖੇਤੀ ਕਰਦੇ ਰਹੇ, ਖੇਤੀ ਕੀਤੀ ਆ, ਖੇਤੀ ਕੀਤੀ ਆ। ਅਤੇ ਕਿੰਨੇ ਅੱਗੇ ਬਾਲ ਬੱਚੇ, ਪੋਤੇ ਪੋਤੀਆਂ? ਬਾਲ ਬੱਚੇ ਤਾਂ ਇੱਕ ਤਾਂ ਖਤਮ ਹੋ ਗਿਆ, 3 ਮੁੰਡੇ ਸੀ, 1 ਲੜਕੀ ਸੀ, ਅਤੇ ਇੱਕ ਮੁੰਡਾ ਖਤਮ ਹੋ ਗਿਆ, 2 ਹੈਗੇ ਆ, ਅਤੇ ਆਪਣੇ ਠੀਕ ਹੈ, ਰੋਟੀ ਪਾਣੀ ਖਾਈ ਜਾਂਦੇ ਆ। ਅਤੇ ਕੋਈ ਪਾਕਿਸਤਾਨ ਦਾ ਕੋਈ ਦੱਸੋਗੇ ਕੁਛ, ਉੱਥੋਂ ਦੇ ਤੁਸੀਂ ਰਹਿਣ ਵਾਲੇ ਹੋ? ਰਹਿਣ ਦਾ ਜੀ ਖਿਆਲ ਭੁੱਲ ਗਿਆ, ਸਿਹਤ ਨਹੀਂ ਕੰਮ ਕਰਦੀ ਹੁਣ, ਚੱਕ 600 ਖਰੀ, 35-36 ਪਾਕਿਸਤਾਨ ਦੇ ਵਿੱਚ ਬੰਦੇ ਸਾਰੇ ਉੱਥੇ ਸੀ, ਅਸੀਂ ਸਾਰੇ ਉੱਥੇ ਸੀ। ਅਤੇ ਇਸ ਪਿੰਡ ਬਾਰੇ ਕੀ ਦੱਸਣਾ ਚਾਹੋਗੇ, ਕੀ ਇਤਿਹਾਸ ਰਿਹਾ ਪਿੰਡ ਦਾ, ਇੱਥੇ ਕਿਹੜੇ ਸੰਨ 'ਚ ਤੁਸੀਂ ਆਏ ਹੋ ਫਿਰ? ਸੰਨ ਦਾ ਨਹੀਂ ਪਤਾ, ਕਿਹੜਾ ਸੰਨ ਸਾ ਕਿਹੜਾ ਨਹੀਂ, ਐਵੇਂ ਕਹੀਏ ਅਨਪੜ੍ਹ ਸੀ ਸਾਰੇ ਹੀ, ਅਨਪੜ੍ਹ ਸੀ, ਕੋਈ ਪੜ੍ਹਾਈ ਪੜ੍ਹਵੀ ਨਾ ਸੋ। ਇਸ ਪਿੰਡ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ, ਇਹਦਾ ਇਤਿਹਾਸ ਬਾਰੇ ਕੁਝ ਦੱਸਣਾ ਚਾਹੋਗੇ, ਇਹ ਪਿੰਡ ਕਿਵੇਂ ਵਸਿਆ, ਕਿੱਦਾਂ ਤੁਸੀਂ ਇੱਥੇ ਆਏ ਪਿੰਡ 'ਚ? ਨਾ ਇਹ ਖਵਨੀ ਕਾਹਦਾ ਵਸਿਆ ਵਾ, ਤੁਹਾਡੇ ਆਉਣ ਤੋਂ ਪਹਿਲਾਂ ਤਾਂ ਵਸਿਆ ਹੋਇਆ? ਹੋਰ ਪਹਿਲਾਂ ਤਾਂ ਹੀ ਸਾਡੇ ਬਜ਼ੁਰਗ ਇੱਥੇ ਗਏ, ਫੌਜ ਵੀ ਸੀਗੇ, ਉਹ ਫੌਜ ਵੀ ਸੀਗੇ, ਅਤੇ ਇਹਦੇ ਬਾਰੇ ਸਾਨੂੰ ਕੀ ਪਤਾ, ਇਹ ਤਾਂ ਬਹੁਤ ਚਿਰ ਦੀ ਬਾਤ ਆ। ਤੇ ਪੰਜਾਬ ਅਤੇ ਪਾਕਿਸਤਾਨ ਦੀ ਵੰਡ ਤੁਸੀਂ ਆਪਣੇ ਅੱਖੀਂ ਦੇਖੀ ਹੈ ਨਾ? ਹਾਂ, ਸਭ ਕੁਛ ਆਪਣੇ ਅੱਖੀਂ ਦੇਖਿਆ,
ਘੇਰੇ ਵੀ ਬੰਦੇ, ਇਹ ਤਾਂ ਨਹੀਂ ਗੱਲ, ਲੜਾਈ ਵੀ ਹੋਈ ਬਹੁਤ, ਜਿਉਂਦਿਆਂ ਨੂੰ ਅੱਗਾਂ ਲਾਤੀਆਂ ਸਾਡੇ ਬੰਦੇ ਜਿਹੜੇ ਸੀ, ਜਿਉਂਦਿਆਂ ਨੂੰ ਅੱਗਾਂ ਲਾਤੀਆਂ। ਚਲੋ, ਤੇ ਚਾਹੁੰਦੇ ਹੋ ਕਿ ਇਹ ਦੋ ਪੰਜਾਬ ਜਿਹੜੇ ਆ ਇਕੱਠੇ ਹੋ ਜਾਣ? ਕਿਹੜੇ? ਇੱਕ ਲਹਿੰਦਾ ਪੰਜਾਬ ਅਤੇ ਪਾਕਿਸਤਾਨ। ਹੁਣ ਇਕੱਠਿਆਂ ਕਰਕੇ ਕੀ ਫਾਇਦਾ? ਕੋਈ ਫਾਇਦਾ ਥੋੜ੍ਹਾ, ਨੁਕਸਾਨ ਹੋ ਗਿਆ। ਹੁਣ ਤਾਂ ਹੋਰ ਨੁਕਸਾਨ ਹੋਜੂ, ਗਾਹਾਂ ਦੇ ਗਾਹਾਂ, ਗਾਹਾਂ ਦੇ ਗਾਹਾਂ। ਹੁਣ ਜਿੱਦਾਂ ਦੀ ਵੰਡ ਹੈਗੀ ਪਈ ਰਹਿਣ ਦੇਣ, ਨਹੀਂ ਤਾਂ ਵਡਾਂਗਾ ਨਹੀਂ ਕਰਨ ਲੱਗ ਪੈਣਾ ਫਿਰ। ਹਾਂ, ਉਸ ਵੇਲੇ ਜਿਸ ਵੇਲੇ ਇਹ ਕੰਮ ਹੋਇਆ ਸਾ, ਵਡਾਂਗਾ ਬਹੁਤ ਹੋਇਆ ਉਸ ਵੇਲੇ, ਗਏ ਘੜੀਸ ਕੇ ਕੁੱਤੇ ਨੇ ਘੜੀਸ ਕੇ ਲਿਆ ਕੇ ਖੜੀ ਲਾਤੇ ਸੀ, ਜਿਉਂਦਿਆਂ ਨੂੰ ਅੱਗਾਂ ਲਾਤੀਆਂ ਸੀ। ਇਹਦਾ ਤਾਂ ਨਾਂ ਵੀ ਨਹੀਂ ਲੈਣਾ ਚਾਹੀਦਾ, ਹਾਂ, ਜੋ ਹਾਲਤ ਹੋਈ ਸੀ। ਹਾਂ, ਅਜੋਕੇ ਸਮੇਂ ਦੇ ਵਿੱਚ ਵੀ ਜਿੱਦਾਂ ਇੱਧਰ ਦੇ ਲੋਕ, ਹੁਣ ਦੀ ਜਿਹੜੀ ਜਨਰੇਸ਼ਨ ਹੈ, ਉੱਧਰ ਜਾ ਕੇ ਆਪਣੇ ਘਰ ਲੱਭਦੀ ਹੈ, ਆਪਣੇ ਬਜ਼ੁਰਗਾਂ ਨੂੰ ਭਾਲਦੀ ਹੈ, ਜਾਂ ਜਿਹੜੇ ਉਹਨਾਂ ਦੇ ਕੋਈ ਬਜ਼ੁਰਗਾਂ ਦੇ ਸੱਜਣ ਸਾਥੀ ਨੇ, ਉਹਨਾਂ ਨਾਲ ਵੀ ਮੇਲ ਮਿਲਾਪ ਹੁੰਦਾ, ਅਤੇ ਇੱਕ ਜਿਹੜਾ ਪੁਰਾਣਾ ਸੱਭਿਆਚਾਰ ਹੈ ਉਹਨੂੰ ਵੀ ਉਹ ਉਸ ਨਜ਼ਰੀਏ ਨਾਲ ਦੇਖਦੇ ਨੇ, ਅਤੇ ਇੱਕ ਜਿਹੜੀ ਰੂਹ ਤੱਕ ਵੀ ਕੰਬ ਜਾਂਦੀ ਉਹ ਦ੍ਰਿਸ਼ ਦੇਖ ਕੇ। ਨਹੀਂ ਨਹੀਂ, ਕਿੱਦਾਂ ਕਿੱਦਾਂ? ਜਿੱਦਾਂ ਹੁਣ ਦੇ ਸਮੇਂ ਦੇ ਵਿੱਚ ਆਪਣੇ ਜਿਹੜੇ ਲੋਕ, ਜਿਹੜੇ ਸਾਡੇ ਆਪਣੇ ਬਜ਼ੁਰਗ ਪਾਕਿਸਤਾਨ ਤੋਂ ਇੱਧਰ ਵਸੇ ਨੇ ਆ ਕੇ ਪੰਜਾਬ 'ਚ, ਇੱਧਰ ਆਏ ਨੇ, ਅਤੇ ਇੱਧਰ ਜਿਹੜੀ ਉਹਨਾਂ ਦੀ ਅੱਗੇ ਜਨਰੇਸ਼ਨ ਆ, ਅਗਲੀ ਪੀੜ੍ਹੀ ਹੈ, ਉਹ ਉੱਧਰ ਜਾ ਕੇ ਆਪਣੇ ਪਰਿਵਾਰ ਦੇਖਦੀ ਸਾਡਾ ਕਿਹੜਾ ਘਰ ਸੀ, ਕਿਹੜੇ ਸਾਡੇ ਗੁਆਂਢੀ ਸੀ, ਕਿਹੜੇ ਸਾਡੇ ਬਜ਼ੁਰਗਾਂ ਦੇ ਸੱਜਣ ਸਾਥੀ ਸੀ, ਉਹਨਾਂ ਨੂੰ ਮਿਲਦੇ ਨੇ ਜਾ ਕੇ, ਉਹਦੇ ਬਾਰੇ ਮੈਂ ਪੁੱਛ ਰਿਹਾ ਜੀ। ਇੱਧਰ ਹੁਣ ਕੋਈ ਨਹੀਂ ਰਿਹਾ, ਸਭ ਖਤਮ ਹੋ ਗਏ, ਉਹ ਖਤਮ ਹੋ ਗਏ ਸਾਰੇ, ਕੋਈ ਨਹੀਂ ਰਿਹਾ। ਉਹ ਜਿਹੜੇ ਇੱਥੋਂ ਚਲ ਵੀ ਗਏ ਉਹ ਵੀ ਵਿਚਾਰੇ ਖਤਮ ਹੋ ਗਏ ਹੋਣੇ ਆ। ਆਹੋ, ਉਹ ਤਾਂ ਜਾਂਦੇ ਹੀ ਨਾ ਸੋ, ਜਾਂਦੇ ਨਾ ਸੋ, ਕਹਿੰਦਾ ਵੀ ਅਸੀਂ ਕੀ ਨਹੀਂ ਜਾਣਾ, ਨਹੀਂ ਇੱਥੇ ਰਹਿਣਾ, ਪਰ ਨਹੀਂ ਜਾਣਾ ਪਿਆ, ਉਹਨਾਂ ਨੂੰ ਜਾਣਾ ਪਿਆ। ਇੱਕ ਸਾਡੇ ਬਾਹਵਾਲ ਦਾ ਭਰਾ ਹੀ ਹੁੰਦਾ ਸਾ, ਚਲ ਗਿਆ, ਜਾ ਕੇ ਮੁੜ ਕੇ ਆਇਆ ਉਸ ਵੇਲੇ, ਫਿਰ ਇੱਥੇ ਜਿਹੜੇ ਆਇਆ, ਇੱਕ ਇੱਕ ਰੁਪਈਆ ਪਿੰਡ ਨੇ ਦਿੱਤਾ ਸਾਰੇ ਨੇ। ਸਭ ਭਰਾ ਹੀ ਸਾ ਨਾ ਸਾਡਾ, ਆਪਣਾ ਮੁਸਲਮਾਨ ਸੀਗਾ, ਅਤੇ ਢੋਲ ਢਾਲ ਵਜਾਉਂਦੇ ਹੁੰਦੇ ਸੀ, ਤਾਂ ਇੱਕ ਇੱਕ ਰੁਪਈਆ ਸਾਰਿਆਂ ਦੇਣਾ ਤਾਂ ਰੋਂਦਾ ਸਾ। ਸਾਨੂੰ ਕਹਿੰਦਾ ਇੱਥੇ ਭੁੱਖੇ ਮਰ ਜਾਂਦੇ ਖੜਾ ਸਾ, ਉੱਥੇ ਨਾ ਜਾਂਦੇ, ਇੰਨੇ ਔਖੇ ਆ, ਹੈ ਜੀ ਇੱਥੇ ਤਾਂ। ਹੁਣ ਸਾਡੇ ਪੈਰ ਹੁਣ ਲੱਗੇ ਆ ਮਾੜੇ ਜਿਹੇ, ਹੁਣ ਪਤਾ ਨਹੀਂ ਹੁਣ ਕੀ ਕਰ ਦੇਣਾ। ਹੁਣ ਲੱਗੇ ਆ, ਅਤੇ ਜਿਹੜੇ ਲੋਕ ਸਾਡੇ ਇੱਧਰੋਂ ਆਏ ਉਹਨਾਂ ਦੇ ਪੈਰ ਨਹੀਂ ਲੱਗੇ ਅਜੇ ਤੱਕ। ਜ਼ਿੰਦਗੀ ਦੇ ਸਫ਼ਰ ਦੇ ਵਿੱਚ ਕੋਈ ਖਾਸ ਘਟਨਾ ਤੁਹਾਡੇ ਨਾਲ ਵਾਪਰੀ ਹੋਵੇ, ਕੋਈ ਸਾਂਝੀ ਕਰਨੀ ਚਾਹੁੰਦੇ ਹੋ? ਘਟਨਾ ਜੀ ਹੁਣ ਕਾਹਦੀ ਹੋਣੀ ਆ, ਉਹ ਜਿੱਦਾਂ ਕਹਿੰਦੇ ਹੁੰਦੇ ਜਿਹੜੇ ਰੋਟੀ ਰੱਜ ਕੇ ਮਿਲਣ ਨਾ ਪਈ ਤਾਂ ਘਟਨਾ ਮੁੱਕ ਗਈ, ਜਿਸ ਵੇਲੇ ਤੰਗੀ ਹੋਵੇ ਤਾਂ ਘਟਨਾ ਸਾਰੀਆਂ ਯਾਦ ਆਉਣੀਆਂ, ਕੀ ਖਿਆਲ ਨਹੀਂ ਹੁੰਦਾ ਕੀ ਗੱਲ ਹੈ? ਹਾਂ,
ਜਿਹੜੇ ਸੁਕਾਲੇ ਆ ਤਾਂ ਘਟਨਾ ਮੁੱਕ ਗਈ, ਜਿਸ ਵੇਲੇ ਤੰਗੀ ਆਈ ਤਾਂ ਘਟਨਾ ਆਉਂਦੀ ਹੀ ਆਉਂਦੀ ਸੀ। ਹੋਰ ਕੋਈ ਨਹੀਂ ਸਾਡੀ ਇੱਦਾਂ ਦੀ ਨਹੀਂ ਗੱਲ। ਸਾਡੇ ਇੱਥੇ ਰਹਿਣ ਵਾਲੇ ਸੀ, ਅਸੀਂ ਇੱਧਰੋਂ ਗਏ ਹਾਂ। ਹਾਂ, ਇੱਕ ਮੁੰਡਾ ਇਹ ਆ, ਇੱਕ ਹੋਰ ਉੱਧਰ ਆ। ਹੋਰ ਕਿੰਨੇ ਕੁ ਤੁਹਾਡੇ ਨਾਲ ਸਾਥੀ ਇੱਥੇ ਆਏ ਸੀਗੇ ਪੰਜਾਬ 'ਚ? ਅਸੀਂ ਪਿੰਡ 'ਚ ਆਪਣੇ ਜ਼ਿਲ੍ਹੇ 'ਚ ਕੋਈ ਵੀ ਨਹੀਂ ਆਇਆ, ਇੱਕ ਬੰਦਾ ਆਇਆ ਸਾ ਬਸ, ਉਹ ਵੀ ਮੁਰਦਿਆਂ 'ਚੋਂ ਨਿਕਲ ਕੇ ਆਇਆ ਸਾ। ਉਹ ਮਰ ਗਿਆ, ਉਹ ਵੀ ਵਿਚਾਰਾ ਧਰਮਾਂ ਧਰਮਾਂ ਬਸ ਸਾਰੇ ਖਤਮ ਉਧਰੇ ਹੋ ਗਏ ਸੀ। ਨਿਆਣੇ ਜਿਹੜੇ ਸੀਗੇ ਉਹ ਆਏ ਸੀ, ਉਹਨਾਂ ਨੂੰ ਨਸ ਮਾਰਦੇ, ਨਿਆਣਿਆਂ ਨੂੰ ਨਸ ਮਾਰਦੇ, ਨਾ ਜਨਾਨੀਆਂ ਨੂੰ ਮਾਰਦੇ ਸੀ, ਅਤੇ ਬਾਕੀ ਤਾਂ ਸਾਰਿਆਂ ਨੂੰ ਬੰਦਿਆਂ ਨੂੰ ਤਾਂ ਮਾਰੀ ਜਾਂਦੇ ਸੀ। ਅੱਜ ਦੇ ਦਿਨਾਂ ਦੇ ਵਿੱਚ ਵੀ ਕਈ ਵਾਰੀ ਉਹ ਜਿਹੜੇ ਸੀਨ ਨੇ ਤੁਹਾਡੀਆਂ ਅੱਖਾਂ ਅੱਗੇ ਆਉਂਦੇ ਹੋਣਗੇ, ਹੈ ਉਸ ਵੇਲੇ ਦੇ ਦ੍ਰਿਸ਼ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਉਂਦੇ ਹੋਣਗੇ? ਹੁਣ ਵੀ ਹੁਣ ਤਾਂ ਧਰਤੀ ਬਦਲੇ ਗਈ ਹੋਣੀ, ਕਮਨੇ ਕਿੱਦਾਂ ਦੇ ਹੈਗੇ ਕਿੱਦਾਂ ਦੇ ਨਹੀਂ। ਕਈ ਵਾਰੀ ਮਨ ਦੇ ਵਿੱਚ ਖਿਆਲ ਆਉਂਦੇ ਨੇ ਉਹ ਵਾਲੇ ਜਿਹੜੇ ਉਸ ਵੇਲੇ ਘਟਨਾਵਾਂ ਵਾਪਰੀਆਂ ਨੇ, ਖੂਨ ਖਰਾਬਾ ਜਿਹੜਾ ਖੂਨ ਖਰਾਬਾ ਜਾਂ ਉੱਥੇ ਦੀ ਘਟਨਾ ਤੁਹਾਡੇ ਸਾਹਮਣੇ ਦਿਮਾਗ 'ਚ ਆਉਂਦੀ ਹੈ? ਨਾ ਹੁਣ ਨਹੀਂ ਕੋਈ ਵੀ ਆਉਂਦੀ, ਹੁਣ ਨਹੀਂ ਕੋਈ ਵੀ ਆਉਂਦੀ। ਹੁਣ ਤਾਂ ਇਹੀ ਆ ਬਈ ਇਹ ਘਟਨਾ ਇੱਦਾਂ ਦੀ ਹੋਣੀ ਨਹੀਂ ਚਾਹੀਦੀ, ਬਸ ਇਹ ਘਟਨਾ ਨਹੀਂ ਹੋਣੀਆਂ ਚਾਹੀਦੀਆਂ, ਅਤੇ ਬਾਕੀ ਤਾਂ ਸਾਰੇ ਕੰਮ ਠੀਕ ਹੀ ਆ। ਉਹ ਘਟਨਾ ਬੜੀ ਭੈੜੀ ਸੀ। ਘਰ 'ਚ ਗੱਲਾਂ ਚੱਲਦੀਆਂ ਹੋਣੀਆਂ ਤੁਹਾਡੇ ਆਪਸ 'ਚ ਪਰਿਵਾਰ 'ਚ? ਹਾਂ, ਪਰਿਵਾਰ ਦੇ ਵਿੱਚ ਨਿਆਣਿਆਂ ਨੂੰ ਕੀ ਪਤਾ ਸਾ, ਇਹ ਤਾਂ ਮਗਰੋਂ ਜੰਮੇ ਆ, ਇਹਨਾਂ ਨੂੰ ਪਤਾ ਹੀ ਨਹੀਂ ਕੋਈ ਵੀ ਹੈ ਜੀ ਵੀ ਕੀ ਹੋਇਆ ਸਾ ਕੀ ਨਹੀਂ ਹੋਇਆ ਸਾ। ਜੇ ਦੱਸਦੇ ਹਾਂ ਤਾਂ ਵੀ ਇੱਦਾਂ ਹੋਈ, ਇਹ ਨਹੀਂ ਕਹਿ ਦੇਣਾ ਖਾਲੀ ਮੁੱਦੇ ਕਹੀ ਜਾਂਦੇ ਆ, ਕਿਆ ਪਤਾ। ਉਹ ਤਾਂ ਹੁਣ ਟਾਈਮ ਦੱਸਦਾ। ਤੁਹਾਡੇ ਨਾਲ ਦੇ ਕੋਈ ਸਾਥੀ ਹੈਗੇ ਉੱਧਰ ਪਾਕਿਸਤਾਨ 'ਚ ਇਸ ਵੇਲੇ? ਹਾਂ, ਹੈ ਨਹੀਂ। 94 ਸਾਲ ਦੀ ਰਹੀ ਹੋਈ, ਸਾਡੇ ਨਾਲ ਦੇ ਹੈ ਨੇ ਜਿਹੜੇ ਨਾਲ ਦੇ ਉੱਧਰ ਆਏ, ਇੱਧਰ ਆਲੇ ਦੁਆਲੇ ਪਿੰਡਾਂ 'ਚ ਬੈਠੇ ਆ, ਜਿੱਦਾਂ ਗੱਜਰ ਹੈਗਾ, ਮਹਿਲਾਂ ਵਾਲੀ ਹੈ, ਉਹ ਮਰ ਗਏ ਸਾਰੇ, ਸਮੁੰਦੜਾ, ਹਾਂ ਸਭ ਮਰ ਗਏ, ਸਾਰੇ ਮਰ ਗਏ, ਫਤਿਹ ਹੋਣੀ ਸਾਰੇ ਖਤਮ ਹੋ ਗਏ, ਜਾਲਮ ਹੋਣੀ ਮੇਲ ਸੋਣੀ ਉਹ ਸਾਰੇ ਖਤਮ ਹੋ ਗਏ। ਉਹ ਉਹਨਾਂ ਦੇ ਗਾਹਾਂ ਨਿਆਣੇ ਵਿਆਹ ਹੋ ਗਏ, ਉਹ ਗਾਹਾਂ ਕਬੀਲਦਾਰ ਹੋ ਗਏ। ਇੱਦਾਂ ਪਿੱਪਲ ਦੇ ਪੱਤੇ ਆਵੇ ਕਿਹੀ ਖੜਖੜ ਲਾਈ ਹੈ, ਪੱਤ ਝੜ ਗਏ ਰੁੱਤ ਨਵਿਆਂ ਦੀ ਆਈ ਹੈ। ਅਤੇ ਇਸ ਪਿੱਪਲ ਦੇ ਛਾਵੇਂ ਅਸੀਂ ਪਿੰਡ ਦੀ ਸੱਥ ਦੇ ਵਿੱਚ ਖੜ੍ਹੇ ਹਾਂ, ਅਤੇ ਪਿੰਡ ਦੇ ਮੋਹਤਬਾਰ ਵਿਅਕਤੀ ਸਾਡੇ ਨਾਲ ਖੜ੍ਹੇ ਨੇ, ਅਤੇ ਪਿੰਡ ਦੇ ਇਤਿਹਾਸ ਬਾਰੇ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ। ਪਿੰਡ ਆ ਮੁੱਖੋ ਮਜਾਰਾ, ਅਤੇ ਸਰ ਕੀ ਨਾਮ ਹੈ ਆਪਣਾ ਜੀ? ਮੇਰਾ ਨਾਮ ਮਸਤਾਨ ਸਿੰਘ। ਹਾਂਜੀ, ਕਿਹੜੇ ਪਿੰਡ ਤੋਂ ਜੀ? ਮੁੱਖੋ ਮਜਾਰਾ। ਮੁੱਖੋ ਮਜਾਰਾ, ਕੀ ਇਤਿਹਾਸ ਰਿਹਾ ਪਿੰਡ ਦਾ, ਮੁੱਖੋ ਮਜਾਰੇ ਦਾ, ਕਿੱਦਾਂ ਦੀ ਡਿਵੈਲਪਮੈਂਟ ਇੱਥੇ ਚੱਲ ਰਹੀ ਹੈ? ਸਰ ਜੀ, ਮੇਰੀ ਜਨਮ ਮੇਰਾ 1955 ਸਾਲ ਦਾ, ਔਰ ਨੀਅਰ ਅਬਾਊਟ ਮੇਰੀ 70 ਸਾਲ ਦੀ ਉਮਰ ਹੋ ਚੱਲੀ ਹੈ, ਔਰ ਮੈਂ ਇੱਥੇ ਪੜ੍ਹਿਆ ਲਿਖਿਆ ਪਿੰਡ 'ਚ ਹੀ, 8ਵੀਂ ਤੱਕ ਪੜ੍ਹਾਈ ਇੱਥੇ ਕੀਤੀ ਹੈ, ਫਿਰ ਪਿੰਡ ਬੰਬੇਲੀ ਬਾੜੀਆਂ ਕਲਾਂ ਹਾਈ ਸਕੂਲ ਕੀਤਾ, ਮਾਲਪੁਰ ਕਾਲਜ ਜੁਆਇਨ ਕੀਤਾ, ਫਿਰ ਮੈਂ ਸਿਵਲ ਸਰਵਿਸ ਆਪਣੇ ਕਲੈਰੀਕਲ ਲਾਈਨ 'ਚ ਸਿਵਲ ਸਰਜਨ ਆਫਿਸ ਤੋਂ ਮੈਂ ਸੀਨੀਅਰ ਅਸਿਸਟੈਂਟ ਰਿਟਾਇਰ ਹੋਇਆ ਜੀ। ਠੀਕ ਹੈ ਜੀ। 31/13 ਨੂੰ
ਔਰ ਇਸ ਪਿੰਡ ਵਿੱਚ ਹੀ ਵਿਚਰਿਆ ਜੀ। ਔਰ ਜੋ ਸਿਆਣਿਆਂ ਤੋਂ ਸੁਣਿਆ ਸਾਡੇ ਜਿਹੜਾ ਪਿੰਡ ਕਦੋਂ ਹੋਂਦ ਵਿੱਚ ਆਇਆ, ਜਦੋਂ ਕਿਤੇ ਪੁਰਾਣੇ ਰਾਜਪੂਤ ਰਾਜਿਆਂ ਦੀਆਂ ਲੜਾਈਆਂ ਹੁੰਦੀਆਂ ਸੀਗੀਆਂ, ਆਪਣਾ ਕੋਈ ਇਲਾਕੇ ਜਿੱਤਣੇ, ਇੱਥੇ ਆਪਣੇ ਕਿਸੇ ਸਰਦਾਰ ਨੂੰ ਇਹ ਅਲਾਟ ਕਰ ਦੇਣਾ ਸਾਥੀਆਂ ਸਮੇਤ, ਅਤੇ ਜਿੱਦਾਂ ਇਹਨਾਂ ਦੀ ਫੌਜ ਦਾ ਮੁਖੀਆ ਹੋਏਗਾ ਉਹਨੂੰ ਜਿੱਦਾਂ ਆਪਣੇ ਪਿੰਡ ਮੁੱਖਮ ਜਾਰੇ ਇੱਥੇ ਬਿਠਾਤਾ, ਅਤੇ ਨਾਲ ਸਾਡੇ ਇੱਥੇ ਫਿਰ ਮੁੱਖਮ ਜਾਰੇ ਤੋਂ ਮੁਖੀਏ ਤੋਂ ਮੁੱਖਮ ਜਾਰਾ ਜੋ ਸੁਣੀ ਸੁਣਾਈ ਗੱਲ ਹੈ ਇੱਥੋਂ ਪਿਆ ਇਹਦਾ ਨਾਮ। ਅਤੇ ਜਸਵਾਲ ਗੋਦ ਦੇ ਇੱਥੇ ਰਾਜਪੂਤ ਰਹਿੰਦੇ, ਸਾਡੇ ਪਿੱਛੋਂ ਅੰਬ ਤਹਿਸੀਲ ਹੈ, ਅੰਬ ਵਾਲਾ ਰਾਜਾ ਸੀ ਸਾਡਾ ਹਿਮਾਚਲ 'ਚ। ਅਤੇ ਇੱਥੇ ਹੋਰ ਵੀ ਨਾਲ ਸਾਡੇ ਪਿੰਡ ਜਿੱਦਾਂ ਭਾਮ ਹੈ, ਨਰੂੜ ਹੈ, ਜੰਡੋਲੀ, ਹੋਰ ਪਿੰਡ ਹੈਗੇ ਆ ਜਿੱਥੇ ਇਹ ਸਭ ਰਾਜਪੂਤ ਜਸਵਾਲਾਂ ਦੇ ਪਿੰਡ ਹੈ, ਹਿੰਦੂ ਰਾਜਪੂਤਾਂ ਦੇ। ਔਰ ਬਾਅਦ ਵਿੱਚ ਛੋਟੇ ਛੋਟੇ ਹੁੰਦੇ ਅਸੀਂ ਮੈਂ ਪ੍ਰਾਇਮਰੀ ਵੀ ਪਿੰਡ ਵਿੱਚ ਕੀਤੀ, ਛੋਟਾ ਸਕੂਲ ਪਹਿਲਾਂ ਕਿਸੇ ਦੇ ਜਿੱਦਾਂ ਬਾੜੇ ਵਿੱਚ ਖੋਲ੍ਹਿਆ ਗਿਆ ਸੀ, ਸਾਧੂ ਸੰਤ ਆ ਕੇ ਸਾਨੂੰ ਪੜ੍ਹਾਉਂਦੇ ਹੁੰਦੇ ਸੀ, ਇੱਕ ਜਿੱਦਾਂ ਟੀਚਰ ਸਰਕਾਰ ਵੱਲੋਂ ਅਪੁਆਇੰਟ ਕੀਤਾ ਗਿਆ ਸੀ। ਬਾਅਦ ਵਿੱਚ ਸਕੂਲ ਦੀ ਇਮਾਰਤ ਬਣ ਗਈ, ਗੁਰਦੁਆਰੇ ਵੀ ਅਸੀਂ ਪੜ੍ਹਦੇ ਰਹੇ ਜਾ ਕੇ, ਇਮਾਰਤ ਬਣੀ ਹੈ, ਪ੍ਰਾਇਮਰੀ ਸਕੂਲ ਬਣਿਆ, ਫਿਰ ਮਿਡਲ ਸਕੂਲ ਬਣਿਆ ਐਲੀਮੈਂਟਰੀ, ਫਿਰ ਹੁਣ ਬੀ ਐਲੀਮੈਂਟਰੀ ਚੱਲ ਰਿਹਾ ਹੈਗਾ ਜੀ। ਅਤੇ ਬਾਕੀ ਜਿਹੜੀ ਹਾਈ ਐਜੂਕੇਸ਼ਨ ਹੈ ਉਹ ਸਾਡੇ ਆਲੇ ਦੁਆਲੇ ਪਿੰਡਾਂ ਵਿੱਚ ਹੈ, ਜਿਵੇਂ ਕਿ ਬੰਬੇਲੀ ਪਲੱਸ ਟੂ ਸਕੂਲ ਹੈ, ਬਾੜੀਆਂ ਕਲਾਂ ਹੈ, ਅਤੇ ਕਾਲਜ ਦੀ ਜਿਹੜੀ ਐਜੂਕੇਸ਼ਨ ਹੈਗੀ ਹੈ ਇੱਧਰ ਮਾਲਪੁਰ 7 ਕਿਲੋਮੀਟਰ ਡਿਸਟੈਂਸ ਹੈ, ਅਤੇ ਬਾਕੀ ਜਾਂ ਹੁਸ਼ਿਆਰਪੁਰ ਵਗੈਰਾ ਹੈ। ਅਤੇ ਫਿਰ ਕੋਈ ਬੱਸ ਦੀ ਸੁਵਿਧਾ ਵੀ ਹੈਗੀ ਹੈ, ਬੱਸਾਂ ਆਉਂਦੀਆਂ ਜਿਹੜੇ ਸਟੂਡੈਂਟ ਨੇ ਵਿਦਿਆਰਥੀ ਨੇ ਕਿੱਥੇ ਕਦ 'ਤੇ ਜਾਂਦੇ ਪੜ੍ਹਨ ਵਾਸਤੇ? ਦੇਖੋ ਜੀ, ਕਾਂਗਰਸ ਸਰਕਾਰ ਦੇ ਟਾਈਮ 'ਚ ਬੜੀ ਪੁਰਾਣੀ ਗੱਲ ਹੈ, ਜਿਹੜਾ ਇੱਥੇ ਹੁਸ਼ਿਆਰਪੁਰ ਤੋਂ ਬਾੜੀਆਂ ਕਲਾਂ ਦਾ ਰੂਟ ਸੀ ਉਹ ਬਾਇਆ ਮੁੱਖੋਂ ਜਿਹੜਾ ਸੁਭਾਨਪੁਰ ਵਗੈਰਾ ਇੱਥੋਂ ਜਾਂਦਾ ਸੀ, ਪਰ ਕਦੇ ਵੀ ਅੱਜ ਤਾਈਂ ਉਹ ਰੂਟ ਸਾਡੇ ਪਿੰਡ ਵਿੱਚ ਹੀ ਨਹੀਂ ਗਿਆ। ਸਾਡੇ ਪਿੰਡ ਤੋਂ ਅਗਲਾ ਅੱਡਾ ਹੈ ਜੀ ਜੈਤਪੁਰ ਦਾ, ਜੈਤਪੁਰ ਤੋਂ ਬਿਲਾਸਪੁਰ 'ਚ ਹੀ ਹੋ ਕੇ ਲੈ ਕੇ ਜਾਂਦੇ ਰਹੇ ਉਹ, ਜਾਂ ਫਿਰ ਬਾਹੋਵਾਲ ਤੋਂ ਸਿੱਧਾ ਬਾੜੀਆਂ ਨੂੰ। ਇਹ ਜਿਹੜੀ ਕਿ ਅਣਗੌਲੀ ਗੱਲ ਕੀਤੀ ਗਈ ਹੈ ਸਰਕਾਰ ਵੱਲੋਂ ਵੀ, ਅਤੇ ਜਾਂ ਅਧਿਕਾਰੀਆਂ ਵੱਲੋਂ ਕਰਮਚਾਰੀਆਂ ਵੱਲੋਂ ਵੀ। ਅਤੇ ਬਾਕੀ ਸਾਡਾ ਪੜ੍ਹਾਈ ਦੇ ਵਿੱਚ ਵੀ ਸਾਡਾ ਪਿੰਡ ਵਧੀਆ ਰਿਹਾ, ਮੁੰਡੇ ਪੜ੍ਹੇ ਲਿਖੇ ਹੈ, ਜਿਵੇਂ ਕਿ ਸਾਡੀ ਮਾਰਸ਼ਲ ਕੌਮ ਅੰਗਰੇਜ਼ਾਂ ਵੱਲੋਂ ਗਿਣੀ ਗਈ ਹੈ, ਅਤੇ ਸਾਡੇ ਜ਼ਿਆਦਾ ਮੁੰਡੇ ਆਰਮੀ ਵਿੱਚ ਹੀ ਭਰਤੀ ਹੋਏ ਹੈ ਜਾਂ ਹੈ ਵੀ ਸਾਡੇ। ਮੇਰੇ ਚਲੋ ਡੈਡੀ ਤਾਂ ਸ਼ਾਹੀ ਅਨਪੜ੍ਹ ਹੈ ਕਿ ਉਹ ਇਕੱਲੇ ਇਕੱਲੇ ਸੀਗੇ, ਬਾਕੀ ਇਹਨਾਂ ਦੇ ਨਾਲ ਦੇ ਜਿਹੜੇ ਸਾਡੇ ਸੀਗੇ, ਇਹਨਾਂ ਦੀ ਪਾਕਿਸਤਾਨ ਦੇ ਵਿੱਚ ਜ਼ਮੀਨ ਸੀਗੀ ਲਾਲਪੁਰ ਵਿੱਚ, ਅਤੇ ਇਹਨਾਂ ਨੇ ਮੇਰੇ ਬਾਬਾ ਜੀ ਸੈਕਿੰਡ ਵਰਲਡ ਵਾਰ ਵਿੱਚ ਉਹਨਾਂ ਨੇ ਰਸਾਲੇ ਫੌਜ 'ਚ ਸੀਗੇ, ਅਤੇ ਇਹਨਾਂ ਨੂੰ ਮੁਰੱਬੇ ਉੱਥੇ ਮਿਲੇ ਸੀ ਪਾਕਿਸਤਾਨ ਵਿੱਚ। ਅਤੇ ਬਾਅਦ ਵਿੱਚ ਜਦੋਂ 47 ਵਿੱਚ ਲੜਾਈ ਸ਼ੁਰੂ ਹੋਈ ਹੈ ਉਦੋਂ ਜੀ ਉੱਥੇ ਉਹਨਾਂ ਨੇ ਮਾਰ ਦਿੱਤੇ ਸੀਗੇ ਇਹਨਾਂ ਦੇ, ਜਿੱਦਾਂ ਘੋੜੀਆਂ ਬੰਨ ਲਈਆਂ ਬਣਾ ਲਈਆਂ ਪਏ ਜੀ, ਅੱਗੇ ਖਤਰਾ ਹੈ, ਤੁਸੀਂ ਇੱਥੇ ਕੈਂਪ ਲੱਗਿਆ, ਇੱਥੇ ਰਹੋ, ਹਥਿਆਰ ਇਹਨਾਂ ਦੇ ਜਮ੍ਹਾਂ ਕਰਾ ਲਏ। ਰਾਤ ਨੂੰ ਅੱਧੀ ਰਾਤ ਨੂੰ ਜਿੱਦਾਂ ਇਹਨਾਂ 'ਤੇ ਹੱਲਾ ਬੋਲ ਦਿੱਤਾ ਗਿਆ, ਇਹਨਾਂ ਨੂੰ ਉੱਥੇ ਮਾਰ ਦਿੱਤਾ ਗਿਆ। ਸਾਡੇ ਫਾਦਰ ਹੁਣ ਵੀ ਛੋਟੇ ਛੋਟੇ ਜਿੱਦਾਂ ਸੀਗੇ ਤਾਂ ਉੱਥੋਂ ਇਹ ਬਚ ਕੇ ਆਏ ਸੀਗੇ, ਅੱਗੇ ਸਾਡੇ ਗਾਹਾਂ ਸਾਡੇ ਘਰ ਮੁੜ ਕੇ ਦੁਬਾਰਾ ਇਹ ਬਣੇ ਆ ਜੀ। ਔਰ ਸਾਡਾ ਜਿਹੜਾ ਪਿੰਡ ਹੈ ਆਲੇ ਦੁਆਲੇ ਇਹ ਚੋਆਂ ਦੇ ਨਾਲ ਘਿਰਿਆ ਆ, ਆ ਜਿਹੜਾ ਰਾਜਨੀ ਵਾਲਾ ਚੋਅ ਆ ਸਾਡੇ ਪਿੰਡ ਦੇ ਸਾਈਡ ਤੋਂ ਖੇਤਾਂ ਵਿੱਚੀਆਂ ਸਾਡੇ ਜੀ ਜਾਂਦਾ ਜੀ, ਇੱਕ ਨਾਲ ਜੰਗਲੀ ਏਰੀਆ ਬਣ ਜਾਂਦਾ ਜੀ ਉੱਥੇ, ਜਿੱਥੇ ਕਿ ਜਾਨਵਰ ਬਹੁਤ ਨੁਕਸਾਨ ਕਰਦੇ ਆ,
ਬਟ ਸਰਕਾਰ ਵੱਲੋਂ ਇਹਨਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਸਾਡੇ ਫਸਲਾਂ ਬਿਲਕੁਲ ਤਬਾਹ ਹੋ ਜਾਂਦੀਆਂ ਔਰ ਜਿਹੜੇ ਜ਼ਿਮੀਂਦਾਰ ਕਰਦੇ ਆ ਕਿਸਾਨ ਨਹੀਂ ਕਰਦੇ ਆ ਔਰ ਉਹ ਬੰਦੇ ਕਰਜ਼ਿਆਂ ਥੱਲੇ ਦੱਬ ਹੋ ਜਾਂਦੇ ਜੀ, ਨਾ ਉਹਨਾਂ ਨੂੰ ਫਸਲ ਉੱਥੇ ਖਾਣ ਯੋਗੀ ਹੁੰਦੀ ਹੈ। ਦੂਜਾ ਇਹ ਤਾਂ ਹੈ ਜ਼ਰੂਰ ਪਈ ਜ਼ਮੀਨਾਂ ਹੈ ਜੀ, ਭਾਵੇਂ ਕਿਸੇ ਕੋਲ 4 ਕਨਾਲ ਹੈ, 6 ਕਨਾਲ, 8 ਕਨਾਲ ਹੈ, ਜ਼ਿਆਦਾ ਜ਼ਮੀਨਾਂ ਵੀ ਨਹੀਂ ਸਾਡੇ। ਇੱਕ ਸਿਰਫ ਇੱਥੇ ਕਹਿਣਾ ਚਲੋ ਮੁਨਾਸਿਬ ਤਾਂ ਨਹੀਂ ਬਣਦਾ, ਇੱਕ ਸਰਕਾਰ ਸਾਨੂੰ ਅਣਗੌਲਿਆ ਇਸ ਕਰਕੇ ਕਰਦੀ ਹੈ ਵੀ ਇਹ ਜਨਰਲ ਸਮਾਜ ਦੇ ਬੰਦੇ ਹੈ, ਇਹਨਾਂ ਨੂੰ ਅਸੀਂ ਕੋਈ ਫੈਸਿਲਿਟੀ ਨਹੀਂ ਦੇਣੀ। ਪਰ ਸਰਕਾਰੋਂ ਤਾਂ ਵੱਡੇ ਵੱਡੇ ਵਾਅਦੇ ਵੀ ਕੀਤੇ ਗਏ ਨੇ ਕਿ ਅਸੀਂ ਪਿੰਡਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਕਦਮ ਚੁੱਕਾਂਗੇ ਅਤੇ ਪਿੰਡਾਂ ਨੂੰ ਫੋਰਨ ਕੰਟਰੀਆਂ ਵਾਂਗੂ ਵੀ ਅਸੀਂ ਜਿਹੜੀ ਹੈ ਸਹੂਲਤਾਂ ਪ੍ਰੋਵਾਈਡ ਕਰਾਂਗੇ। ਦੇਖੋ ਜੀ, ਸਰਕਾਰਾਂ ਬਹੁਤ ਕੁਛ ਪਲੈਨਿੰਗ ਤਾਂ ਕਰਦੀਆਂ ਅਨਾਊਂਸ ਕਰਦੀਆਂ, ਮਗਰ ਪਿੰਡਾਂ ਵਿੱਚ ਉਹ ਚੀਜ਼ਾਂ ਨਹੀਂ ਪਹੁੰਚਦੀਆਂ। ਕਿਉਂ ਇੱਕ ਇੱਥੇ ਇਹ ਵੀ ਕਹਿਣਾ ਨਹੀਂ ਬਣਦਾ, ਕਿਉਂ ਸਾਡੀ ਜਿਹੜੀ ਸੀਟ ਹੈਗੀ ਹੈ ਨਾ ਜੀ ਕੰਸਟੀਚੁਐਂਸੀ MLA ਦੀ, ਇੱਥੇ ਸਿਰਫ ਇਹ ਰਿਜ਼ਰਵ ਹੋਣ ਕਰਕੇ ਕਿਸੇ ਵੀ ਪਾਰਟੀ ਦਾ ਵੀ ਰਿਜ਼ਰਵ ਬੰਦਾ ਆਏਗਾ, ਉਹਨਾਂ ਨੇ ਪਿੰਡਾਂ ਵਿੱਚ ਵੀ ਆਪਣੇ ਵਿੱਚ ਚਾਹੁੰਦੇ ਆ ਵੀ ਸਾਡਾ ਰਿਜ਼ਰਵ, ਉਹਨੇ ਪਿੰਡਾਂ ਦੀਆਂ ਸੀਟਾਂ ਵੀ ਰਿਜ਼ਰਵ ਕਰਾਈਆਂ, ਸਾਡਾ ਰਿਜ਼ਰਵ ਹੀ ਸਰਪੰਚ ਬਣੇ, ਪੰਚਾਇਤ ਵੀ ਉਹੀ ਬਣੇ, ਜਦਕਿ ਉੱਪਰੋਂ ਜਿਹੜੀਆਂ ਸਾਡੇ ਫਿਰ ਗਰੰਟਾਂ ਆਉਂਦੀਆਂ ਉਹ ਵੀ ਉਹਨਾਂ ਉੱਧਰੇ ਦਲਿਤ ਸਮਾਜ ਦੀਆਂ ਗਲੀਆਂ ਨਾਲੀਆਂ ਲਈ ਸਿਰਫ ਉੱਥੇ ਹੀ ਵਾਰ ਵਾਰ ਯੂਜ਼ ਹੁੰਦੀਆਂ, ਨਾ ਕਿ ਜਿਹੜੇ ਇੱਧਰ। ਦੇਖੋ ਸਾਡੀ ਆ ਜਿਹੜੀ ਆ ਸੜਕ ਹੈ ਜੀ, ਇਹ ਕੱਚੀ ਆ ਸਾਰੀ, ਇਹ ਲਹਿਰੀ ਨੂੰ ਲਿੰਕ ਕਰਦੀ ਆ ਜੀ, ਲਹਿਰੀ ਤੋਂ ਗਾਹਾਂ ਕਿੰਨੇ ਪਿੰਡ ਹੈਗੇ ਆ, ਜਿਸ ਬੰਦੇ ਨੇ ਗੜਸ਼ੰਕਰ ਨੂੰ ਜਾਣਾ ਚੱਬੇ ਵਾਲ ਜਾਣ ਦੀ ਜ਼ਰੂਰਤ ਨਹੀਂ ਹੈ ਜੀ, ਆਹ ਬਹੁਤ ਹੀ ਜ਼ਿਆਦਾ ਸ਼ੋਰਟ ਹੈ ਜੀ, 7-8 ਕਿਲੋਮੀਟਰ ਦਾ ਸ਼ੋਰਟ ਪੈ ਜਾਂਦਾ ਜੀ ਰਸਤਾ, ਮਗਰ ਨਹੀਂ ਇੱਥੇ ਕੋਈ ਧਿਆਨ ਦਿੱਤਾ ਜਾਂਦਾ ਜੀ। ਅਤੇ ਬਾਕੀ ਇਹ ਦੇਖੋ ਜੀ, ਕਾਂਗਰਸ ਆਪਣੇ ਪਹਿਲਾਂ ਅਕਾਲੀ ਸਰਕਾਰ ਸੀ, ਅਕਾਲੀ ਸਰਕਾਰ ਦੇ ਟਾਈਮ ਠੀਕ ਹੈ, MLA ਸੋਹਣ ਸਿੰਘ ਠੰਡਲ ਜੀ ਉਹਨਾਂ ਨੇ ਅੱਜ ਸਾਡੇ ਲਿੰਕ ਰੋਡ ਦਾ ਬੜਾ ਇੱਧਰ ਕੀਤਾ ਹੈਗਾ ਅਤੇ ਬਣਾਈਆਂ, ਹੁਣ ਵੀ ਡਾਕਟਰ ਰਾਜ ਕੁਮਾਰ ਜੀ ਹੈਗੇ ਆ, ਪਹਿਲਾਂ ਜਿਹੜੇ ਕਾਂਗਰਸ ਵਿੱਚ ਸੀਗੇ ਹੁਣ ਆਪਣੇ ਆਮ ਆਦਮੀ ਪਾਰਟੀ 'ਚ ਆ ਗਏ ਆ, ਅਤੇ ਉਹਨਾਂ ਨੇ ਚਲੋ ਕਿਹਾ ਹੈਗਾ ਵੀ ਜੀ ਬਣ ਜਾਏਗੀ, ਮਗਰ ਜਦੋਂ ਬਣੇਗੀ ਤਾਂ ਉਦੋਂ ਮਨ ਦੀ ਤਸੱਲੀ ਹੋਏਗੀ। ਅਤੇ ਇੱਧਰ ਸ਼ਮਸ਼ਾਨ ਘਾਟ ਦਾ ਹੈਗਾ, ਮੈਂ ਵੀ ਖੁਦ ਉਹਨਾਂ ਨੂੰ 2-3 ਵਾਰੀ ਕਹਿ ਚੁੱਕਾ ਪਰਸਨਲੀ ਮਿਲ ਕੇ ਵੀ ਜੀ ਸ਼ਮਸ਼ਾਨ ਘਾਟ ਦੇਖੋ, ਸਾਰਿਆਂ ਦੇ ਰਿਸ਼ਤੇਦਾਰ ਉੱਥੇ ਜਾਂਦੇ, ਜਦੋਂ ਵੀ ਉੱਥੇ ਅਸੀਂ ਡੈੱਡ ਬੋਡੀ ਲੈ ਕੇ ਜਾਂਦੇ ਹਾਂ, ਉੱਥੇ ਪਾਣੀ ਵੀ ਗਲੀ 'ਚ ਖੜ੍ਹ ਜਾਂਦਾ, ਦੂਏ ਤਾਂ ਲਾ ਤੇ ਹੋਇਆ ਜ਼ਰੂਰ ਸੜਕ ਦੇ ਵਿੱਚ ਬਲੋਕ ਲਾ ਤੇ ਹੋਇਆ, ਅਤੇ ਉੱਥੇ ਪੁਲੀ ਵੀ ਢਹਿ ਗਈ ਹੋ ਹੈ, ਉੱਥੇ ਲੰਘਣ ਨੂੰ ਰਸਤਾ ਵੀ ਨਹੀਂ ਹੈਗਾ। ਜੇ ਤੁਸੀਂ ਗੱਲ ਕੀਤੀ ਕਿ ਫਸਲਾਂ ਤਬਾਹ ਹੋ ਜਾਂਦੀਆਂ ਬਰਸਾਤਾਂ ਦੇ ਵਿੱਚ, ਹਾਂਜੀ ਹਾਂਜੀ, ਜਾਂ ਪਾਣੀ ਪਿੱਛੋਂ ਆ ਜਾਵੇ ਜਾਂ ਬਰਸਾਤਾਂ ਪੈਂਦੀਆਂ ਤਾਂ ਪਿੰਡ ਤੋਂ ਵੀ ਨੁਕਸਾਨ ਪਹੁੰਚਦਾ, ਘਰਾਂ 'ਚ ਵੀ ਕੋਈ ਨੁਕਸਾਨ ਹੁੰਦਾ ਇਸ ਚੀਜ਼ ਦਾ? ਨਹੀਂ, ਘਰਾਂ ਦੇ ਵਿੱਚ ਤਾਂ ਨਹੀਂ ਜੀ ਨੁਕਸਾਨ ਹੁੰਦਾ, ਜਿਹੜਾ ਇਹ ਖੇਤਾਂ ਦਾ ਨੁਕਸਾਨ ਹੁੰਦਾ ਆ, ਇਹ ਸਾਰੀ ਉੱਥੇ ਫਸਲਾਂ ਤਬਾਹ ਹੁੰਦੀਆਂ ਜੀ, ਉੱਧਰ ਜੰਗਲੀ ਜਾਨਵਰ ਫਿਰ ਜ਼ਿਆਦਾ ਜਿੱਦਾਂ ਉੱਪਰੋਂ ਵੀ ਆ ਜਾਂਦੇ ਜੀ, ਚੋ ਖੁੱਲ੍ਹਾ ਪਾਣੀ ਚੜ੍ਹ ਜਾਂਦਾ ਵਾ, ਹਾਂਜੀ, ਜਿਹੜਾ ਚੋ ਹੈ ਨਾ ਜੀ ਉੱਧਰੋਂ ਰਾਜਣੀ ਮਾਤਾ ਵਾਲਾ, ਉਹਦਾ ਖੁੱਲ੍ਹਾ ਪਾਣੀ ਖੇਤਾਂ ਨੂੰ ਚੜ੍ਹ ਜਾਂਦਾ। ਸਰਕਾਰ ਵੱਲੋਂ ਕੋਈ ਇੱਦਾਂ ਦਾ ਬੰਦੋਬਸਤ ਨਹੀਂ ਕੀਤਾ ਗਿਆ ਕਿ ਇਹਨੂੰ ਪੱਥਰਾਂ ਦਾ ਕੋਈ ਲਾਈਨ ਲਗਾ ਕੇ ਕੋਈ ਇਹਨੂੰ ਬੰਨ ਕੇ ਥੋੜ੍ਹੀ ਜਗ੍ਹਾ 'ਚ ਨਿਗਾਤਾ ਜਾਵੇ, ਇੱਦਾਂ ਦਾ ਕੁਛ ਨਹੀਂ ਕੀਤਾ ਗਿਆ। ਜੰਗਲਾਤ ਮਹਿਕਮਾ ਕੋਈ ਇੱਦਾਂ ਦਾ ਨਹੀਂ ਕੀਤਾ ਗਿਆ ਕਿ ਉਹਨੂੰ ਥੋੜ੍ਹੀ ਜਗ੍ਹਾ 'ਚ ਨਿਗਾਤਾ ਜਾਵੇ, ਕੋਈ ਬੰਨ ਲਗਾ ਕੇ, ਇੱਦਾਂ ਦਾ ਨਹੀਂ ਹੈ ਕੁਛ ਵੀ। ਖੁੱਲ੍ਹਾ ਪਾਣੀ ਖੇਤਾਂ ਨੂੰ ਚੜ੍ਹ ਜਾਂਦਾ, ਖੇਤਾਂ ਦੇ ਵਿੱਚ ਫਸਲਾਂ ਤਬਾਹ ਹੋ ਜਾਂਦੀਆਂ। ਅਤੇ ਪਿੰਡ ਦੇ ਵਿੱਚ ਜੇ ਸਹੂਲਤ ਦੀ ਗੱਲ ਕਰੀਏ ਤਾਂ ਜਿੱਦਾਂ ਹੈਲਥ ਨੂੰ ਲੈ ਕੇ ਗੱਲ ਕਰਦੇ ਹਾਂ ਤਾਂ ਡਿਸਪੈਂਸਰੀ ਜਾਂ ਕੋਈ ਮੁਹੱਲਾ ਕਲੀਨਿਕ ਉਹ ਹੈਗੀ ਅਵੇਲੇਬਲ ਇਲਾਜ ਵਾਸਤੇ? ਦੇਖੋ ਜੀ, ਇਹ ਮੁਹੱਲਾ ਕਲੀਨਿਕ ਔਰ ਡਿਸਪੈਂਸਰੀ ਤਾਂ ਇਸ ਪਿੰਡ ਦੇ ਵਿੱਚ ਬਿਲਕੁਲ ਨਾਮ ਹੀ ਨਿਸ਼ਾਨ ਨਹੀਂ ਹੈ। ਵਾਟਰ ਸਪਲਾਈ ਦਾ ਟਿਊਬਵੈੱਲ ਇਸ ਟਾਈਮ ਲੱਗਾ ਵਾ 3 ਸਾਲ ਦੇ ਅੰਦਰ, ਔਰ ਸ਼ਮਸ਼ਾਨ ਘਾਟ ਦੀ ਸ਼ੈੱਡ ਬਣੀ ਹੈ, ਇਹ ਐਲੀਮੈਂਟਰੀ ਸਕੂਲ ਬਣਿਆ ਵਾ,
ਅਤੇ ਉਹ ਬਹੁਤ ਵਧੀਆ ਬਣਾਤਾ ਸਰਕਾਰ ਨੇ, ਲੇਕਿਨ ਇਹ ਜਿੱਦਾਂ ਕਿ ਕੋਈ ਸਿਆਣਾ ਬਿਮਾਰ ਹੋ ਜਾਂਦਾ, ਕੋਈ ਡਿਸਪੈਂਸਰੀ ਇੱਦਾਂ ਦਾ ਵਗੈਰਾ ਕੁਛ ਨਹੀਂ ਹੈ, ਨਾ ਕੋਈ ਡੰਗਰ ਹਸਪਤਾਲ ਹੈ, ਨਾ ਕੋਈ ਲੜਕੀਆਂ ਦਾ ਸਿਲਾਈ ਸੈਂਟਰ ਹੈ। ਇਹਦੇ ਵਾਸਤੇ ਪਤਾ ਨਹੀਂ ਕਿੰਨੀ ਕੁ ਵਾਰੀ ਲਿਖ ਕੇ ਦੇ ਚੁੱਕੇ ਹਾਂ, ਨਾ ਇਹ ਕੋਈ ਗ੍ਰਾਂਟ ਆਈ ਇਹਦੇ ਵਾਸਤੇ ਸਿਲਾਈ ਸੈਂਟਰ ਵਾਸਤੇ। ਦੇਖੋ ਲੜਕੀਆਂ ਚੱਬੇਵਾਲ ਜਾਂ ਮਾਲਪੁਰ ਜਾਂਦੀਆਂ ਸਿਲਾਈ ਸਿੱਖਣ। ਕਿੰਨਾ ਪੈ ਜਾਂਦਾ ਇੱਥੋਂ ਚੱਬੇਵਾਲ ਮਾਲਪੁਰ? 7 ਕਿਲੋਮੀਟਰ ਚੱਬੇਵਾਲ ਹੈ ਜੀ, 7 ਕਿਲੋਮੀਟਰ ਮਾਲਪੁਰ ਹੈ, ਅਤੇ ਲੜਕੀਆਂ ਨੂੰ ਜਾਣਾ ਆਉਣਾ ਔਖਾ ਆ। ਕੋਈ ਕੱਪੜੇ ਸਿੱਖ ਲਊਗੀਆਂ ਤਾਂ ਵਧੀਆ ਰਹੂਗੀਆਂ, ਆਪਣਾ ਘਰ ਚਲਾਊਗੀਆਂ, ਅਤੇ ਇਹ ਸੁਵਿਧਾ ਹੈ ਹੀ ਨਹੀਂ। ਜਾਂ ਤਾਂ ਕੋਈ ਸਿਲਾਈ ਸੈਂਟਰ ਖੋਲ੍ਹਦਾ ਤਾਂ ਕੋਈ ਬੱਚਾ ਸਿੱਖ ਜਾਂਦਾ, ਅਤੇ ਇਹਦੇ ਵੱਲੋਂ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਬਹੁਤ ਵਾਰੀ ਅਸੀਂ ਸਰਪੰਚ ਪੈਂਚਾਂ ਨੂੰ ਮਿਲ ਕੇ ਦੱਸਿਆ, ਉੱਪਰ ਵੀ ਦੱਸਿਆ, ਪਰ ਨਹੀਂ, ਗੱਲ ਨਹੀਂ ਬਣੀ। ਕੋਈ ਕਲੀਨਿਕ ਨਹੀਂ ਹੈ, ਤੁਸੀਂ ਆਪ ਖੁਦ ਤੁਹਾਨੂੰ ਘੁੰਮਾ ਕੇ ਦਿਖਾ ਦਿੰਦੇ ਹਾਂ, ਇੱਦਾਂ ਦਾ ਕੋਈ ਹੈ ਨਹੀਂ। ਪਰ ਸਰਕਾਰ ਵੱਲੋਂ ਤਾਂ ਅਨਾਊਂਸ ਕੀਤਾ ਗਿਆ ਸੀ ਕਿ ਪਿੰਡ ਪੱਧਰ ਤੱਕ ਅਸੀਂ ਮੁਹੱਲਾ ਕਲੀਨਿਕ ਖੋਲ੍ਹਾਂਗੇ, ਜਿੱਥੇ ਦਵਾਈਆਂ ਵੀ ਫ੍ਰੀ ਮਿਲਣਗੀਆਂ। ਦੇਖੋ ਜੀ, ਦਵਾਈ ਫ੍ਰੀ ਦੀ ਤਾਂ ਬਾਅਦ ਦੀ ਗੱਲ ਹੈ, ਇੱਥੇ ਅਸੀਂ ਤਾਂ ਜਗ੍ਹਾ ਵੀ ਦੇ ਰਹੇ ਹਾਂ ਵੀ ਆਹ ਜਗ੍ਹਾ ਦੇ ਵਿੱਚ ਬਣਾਓ। ਜੇ ਤਾਂ ਕੋਈ ਗ੍ਰਾਂਟ ਆਊਗੀ ਜਾਂ ਕੋਈ ਇੱਟ ਪੱਥਰ ਆਊਗਾ ਤਾਂ ਹੀ ਬਣਾਊਗਾ, ਇੱਦਾਂ ਦਾ ਤਾਂ ਕੋਈ ਆਇਆ ਹੀ ਨਹੀਂ ਸਰਕਾਰ ਵੱਲੋਂ। ਹੁਣ ਪਤਾ ਨਹੀਂ ਕਿਹੜੇ ਪਿੰਡਾਂ 'ਚ ਬਣਦੀਆਂ, ਬੋਰਡ ਤਾਂ ਮੈਂ ਵੀ ਸੈਲੇਬਲ ਲੱਗਾ ਪੜਿਆ, 848 ਆਮ ਆਦਮੀ ਕਲੀਨਿਕ, ਉਹ ਹੈ ਪਤਾ ਨਹੀਂ ਕਿਹੜੇ ਪਿੰਡ 'ਚ ਜੀ, ਸਾਡੇ ਪਿੰਡ 'ਚ ਤਾਂ ਹੈ ਨਹੀਂ ਗਾ। ਅਤੇ MLA ਕੌਣ ਨੇ ਇੱਥੇ ਦੇ? ਇੱਥੇ ਦੇ MLA ਪਹਿਲੇ MP ਬਣ ਚੁੱਕੇ ਆ, ਹੁਣ ਤਾਂ ਡਾਕਟਰ ਰਾਜ ਜੀ ਆ, ਅਤੇ ਉਹ MP ਬਣ ਗਏ ਆ, ਅਤੇ ਹੁਣ ਜੀਵਨੀ ਚੋਣ ਦੁਆਰੇ ਹੋਣੀ ਆ, ਉਹ ਪਤਾ ਨਹੀਂ ਹੁਣ ਕੌਣ ਬਣਦਾ ਵਾ। ਜਿਹੜਾ ਕੋਈ ਸਰ ਖੋਲੂਗਾ ਸੈਂਟਰ ਸੁੰਟਰ ਇੱਦਾਂ ਦਾ ਕਲੀਨਿਕ, ਉਹਨੂੰ ਅਸੀਂ ਵੋਟ ਪਾਵਾਂਗੇ, ਨਹੀਂ ਤਾਂ ਨਹੀਂ ਪਾਵਾਂਗੇ। ਅੱਛਾ, ਹਾਂ ਬਿਲਕੁਲ ਜੀ। ਪਹਿਲੀ ਮੰਗ ਤੁਹਾਡੀ ਹੈਲਥ ਨੂੰ ਲੈ ਕੇ ਆ, ਡਿਸਪੈਂਸਰੀ ਜਾਂ ਮੁਹੱਲਾ ਕਲੀਨਿਕ ਖੋਲ੍ਹੀ ਜਾਵੇ ਤਾਂ ਤੁਸੀਂ ਵੋਟ ਪਾਓਗੇ? ਨਹੀਂ, ਪਹਿਲਾਂ ਸਾਰਿਆਂ ਤੋਂ ਵੱਡੀ ਮੰਗ ਤਾਂ ਇਹ ਆ, ਲੜਕੀਆਂ ਦਾ ਸਿਲਾਈ ਸੈਂਟਰ ਔਰ ਮੁਹੱਲਾ ਕਲੀਨਿਕ, ਜਿਹੜਾ ਦਵਾਈ ਦਵੀ ਗੋਡੇ ਗਾਡੇ ਦੁਖਦੇ ਨਾਲ ਗਾਹਾਂ ਦੁਖਣੇ ਹੋਣ, ਬੰਦਾ ਲੈ ਲਵੇ ਦਵਾਈ, ਜਾਂ ਸਿਰ ਦੁਖਦਾ ਕਦੇ ਉੱਠ ਕੇ ਚੱਲ ਜਾਵੇ। 7 ਕਿਲੋਮੀਟਰ ਨੂੰ ਕਿਹੜਾ ਜਾਊਗਾ ਇੱਕਦਮ? ਕਈ ਵੇਲੇ ਕੋਲ ਪੈਸਾ ਹੀ ਨਹੀਂ ਹੁੰਦਾ ਜੀ, ਇਹ ਆ ਚੱਕਰ। ਅਸੀਂ ਉਸ ਬੰਦੇ ਨੂੰ ਵੋਟ ਪਾਵਾਂਗੇ ਜਿਹੜਾ ਲੜਕੀਆਂ ਸਿਲਾਈ ਸੈਂਟਰ ਖੋਲੂਗਾ ਔਰ ਸਾਡੀ ਸੜਕ ਬਣਾਊ ਔਰ ਪਿੰਡ 'ਚ ਡਿਸਪੈਂਸਰੀ ਖੋਲੂ। ਡੰਗਰਾਂ ਦਾ ਹਸਪਤਾਲ ਕੋਈ ਨਹੀਂ, ਇੱਥੋਂ ਝੋਟੀ ਖੋਲ੍ਹ ਕੇ ਜਾਈਦਾ ਉਹ ਮਰੂਲਿਆਂ ਨੂੰ, ਉੱਥੇ ਜਾ ਕੇ ਜਾਣ ਨੂੰ ਦੋ ਬੰਦਿਆਂ ਕੋਲੋਂ ਨੜ ਜਾਂਦੀ, ਲੋਕਾਂ ਦੇ ਖੇਤਾਂ 'ਚ ਵੜ ਜਾਂਦੀ ਹੈ। ਇੱਕ ਡੰਗਰ ਹਸਪਤਾਲ ਨਹੀਂ, ਇੱਕ ਕਮਰੇ ਦਾ ਹੁੰਦਾ ਉਹ, ਨਾ ਇਹ ਕੋਈ ਸਰਕਾਰੀ ਡਾਕਟਰ ਦੀ ਸੁਵਿਧਾ ਹੈ। ਗੌਰਮੈਂਟ ਇੱਕ ਡਾਕਟਰ ਭੇਜ ਦੇਵੇ, ਅਸੀਂ ਜਗ੍ਹਾ ਦਿੰਦੇ ਇੱਕ ਕਮਰਾ ਬਣਾਵੇ, ਕਿੰਨੀ ਆਬਾਦੀ ਹੈ ਪਿੰਡ ਦੀ। ਅਤੇ ਇਸ ਬਾਰੇ ਸਰਪੰਚ ਨਾਲ ਨਹੀਂ ਗੱਲ ਕੀਤੀ ਜਾਂ ਪੰਚਾਇਤ ਇਕੱਠੀ ਹੋ ਕੇ ਕਿਸੇ ਨੂੰ ਸੀਨੀਅਰ ਲੀਡਰ ਨੂੰ ਜਾਂ ਗੌਰਮੈਂਟ ਦੇ ਨੁਮਾਇੰਦੇ ਨੂੰ ਕੋਈ ਮਿਲਿਆ ਹੋਵੇ ਜਾ ਕੇ? ਦੱਸੋ ਜੀ, ਅਸੀਂ ਜਿਸ ਵੇਲੇ ਗੱਲ ਕਰਦੇ ਹਾਂ ਕਹਿੰਦੇ ਗਲੀਆਂ ਨਾਲੀਆਂ ਬਣਾਵਾਂਗੇ ਪਰ ਤੁਹਾਡੀਆਂ। ਹੁਣ ਮੈਂ ਤਾਂ ਦਾੜੀ ਚਿੱਟੀ ਹੋ ਗਈ ਆ, ਮੈਂ ਤਾਂ ਇਹ ਗਲੀਆਂ ਨਾਲੀਆਂ ਸੁਣੀਆਂ ਜੀ, ਬਾਕੀ ਹੋਰ ਵੀ ਗਲੀਆਂ ਨਾਲੀਆਂ ਬਣਾਉਂਗੇ, ਇੱਦਾਂ ਦਾ ਤਾਂ ਮੈਂ ਦੇਖਿਆ ਨਹੀਂ ਵੀ ਕੋਈ ਇੱਟ ਆ ਗਈ ਆ ਜਾਂ ਫਿਰ ਸਿਲਾਈ ਸੈਂਟਰ ਖੁੱਲੂਗਾ ਜਾਂ ਕੋਈ ਕਲੀਨਿਕ ਖੁੱਲੂਗਾ, ਇੱਦਾਂ ਦਾ ਨਹੀਂ। ਇਹ ਗਰਾਊਂਡ ਵਾਸਤੇ 5 ਲੱਖ ਡਾਕਟਰ ਰਾਜ ਸਾਹਿਬ ਨੇ ਪਾਇਆ। ਅੱਛਾ ਜੀ। ਅਤੇ ਉਹਦਾ ਸਟੇਡੀਅਮ ਬਣਨਾ ਆ, ਉਹ ਬਹੁਤ ਵਧੀਆ ਗੱਲ ਆ, ਉਹ ਤਾਰੀਫ ਯੋਗ ਆ ਜੀ। ਉਹ ਉੱਥੇ ਸਟੇਡੀਅਮ ਬਣਨਾ ਵਾ ਗਰਾਊਂਡ ਦੇ ਵਿੱਚ, ਅਤੇ ਇੱਟ ਵੀ ਆ ਚੁੱਕੀ ਹੈ ਅਤੇ ਕੰਮ ਵੀ ਚੱਲੂਗਾ। ਕੰਮ ਚੱਲੂ? ਹਾਂਜੀ ਹਾਂਜੀ ਬਿਲਕੁਲ ਜੀ। ਅਤੇ ਇੱਕ ਪੁਰਾਣੇ ਸਮਿਆਂ ਦੇ ਵਿੱਚ ਜੰਝ ਘਰ ਹੁੰਦੇ ਜਿੱਥੇ ਬਰਾਤਾਂ ਠਹਿਰਦੀਆਂ ਸੀ, ਹਾਂਜੀ, ਅਤੇ ਉਹਨਾਂ ਦੀ ਸੇਵਾ ਵੀ ਕੀਤੀ ਜਾਂਦੀ ਸੀ, ਅਤੇ ਹੁਣ ਵੀ ਹੈਗਾ ਜੰਝ ਘਰ ਪਿੰਡ ਦੇ ਵਿੱਚ? ਬਿਲਕੁਲ ਨਹੀਂ ਜੀ, ਪਿੰਡ 'ਚ ਜੰਝ ਘਰ ਕੋਈ ਨਹੀਂ ਹੈ। ਇਹ ਇੱਕ ਰਾਜਪੂਤ ਆਬਾਦੀ ਵੱਲੋਂ ਇਹ ਮੰਦਿਰ ਦੇ ਵਿੱਚ ਹੀ ਕੁਛ ਪੈਸੇ ਆਪਸੀ, ਕੋਈ ਬਾਹਰਲੇ ਜਿਹੜੇ ਬਾਹਰ ਫੋਰਨ ਗਏ ਬੰਦੇ ਉਹਨਾਂ ਦੀ ਮਦਦ ਨਾਲ ਜਾਂ ਕੋਈ ਆਪਸ ਵਿੱਚ ਕੋਈ ਫੌਜੀ ਭਰਾਵਾਂ ਦੀ ਮਦਦ ਨਾਲ, ਕੋਈ ਕਿਸੇ ਨੇ 10,000 ਦੇ ਦਿੱਤਾ, 5 ਦੇ ਦਿੱਤਾ, ਕੋਈ 2,000 ਦੇ ਦਿੱਤਾ, ਉਹਦੀ ਮਦਦ ਨਾਲ ਇੱਕ ਛੋਟਾ ਜਿਹਾ ਜੰਝ ਘਰ ਆਪਣੇ ਲੈਵਲ ਦਾ ਤਿਆਰ ਹੈ, ਲੇਕਿਨ ਸਰਕਾਰ ਵੱਲੋਂ ਉਹ ਵੀ ਹੈ ਨਹੀਂ ਗਾ।
ਇਹਦੇ ਵੀ ਪਿੱਛੇ ਹੁਣ ਕੰਧ ਡਿੱਗੀ ਹੁਣ ਕਰਾਂਗੇ ਪੈਸੇ ਇਕੱਠੇ ਫੋਨ ਫਾਨ ਕਰਕੇ ਮੁੰਡਿਆਂ ਨੂੰ ਬਾਹਰੋਂ ਤਾਂ ਉਹ ਤਿਆਰ ਕਰਾਂਗੇ ਸਰਕਾਰ ਵੱਲੋਂ ਤਾਂ ਕੋਈ ਪੈਸਾ ਨਹੀਂ ਆਇਆ। ਪੰਚਾਇਤ ਦੇ ਜੋ ਵੀ ਕੰਮ ਨੇ ਤੁਸੀਂ ਆਪਣੇ ਲੈਵਲ 'ਤੇ ਕਰ ਰਹੇ ਹੋ, ਪਿੰਡ ਦਾ ਵਿਕਾਸ ਥੋੜ੍ਹਾ ਬਹੁਤਾ ਜੇ ਕਰਨਾ ਹੋਵੇ ਤਾਂ? ਨਹੀਂ ਨਹੀਂ ਇੱਦਾਂ ਨਹੀਂ, ਪੂਰਾ ਪੰਚਾਇਤ ਦਾ ਕੰਮ ਨਹੀਂ ਕਰ ਰਹੇ, ਇਹ ਸ਼ਮਸ਼ਾਨ ਇਹਦਾ ਤੁਸੀਂ ਜੰਝ ਘਰ ਦਾ ਪੁੱਛਿਆ ਅਤੇ ਜੰਝ ਘਰ ਦਾ ਜਿਹੜਾ ਉਹ ਆਪਣੇ ਲੈਵਲ 'ਤੇ ਅਸੀਂ ਕੀਤਾ ਹੋਇਆ, ਜਾਣੀ ਕਿ ਸਰਕਾਰ ਵੱਲੋਂ ਇਹਦੇ ਵਾਸਤੇ ਕੋਈ ਗਰਾਂਟ ਨਹੀਂ ਆਈ। ਕੋਈ ਐਫਰਟ ਨਹੀਂ ਕੀਤੀ ਜਾ ਰਹੀ ਉਹਨਾਂ ਵੱਲੋਂ? ਅਤੇ ਸ਼ਮਸ਼ਾਨ ਘਾਟ ਦੀ ਤੁਸੀਂ ਗੱਲ ਹੋਣੀ ਛੇੜੀ ਸੀ ਤਾਂ ਕਿਵੇਂ ਹਾਲਾਤ ਨੇ ਸ਼ਮਸ਼ਾਨ ਘਾਟ ਦੇ? ਸ਼ਮਸ਼ਾਨ ਘਾਟ ਦੇ ਹਾਲਾਤ ਜੀ, ਪਿੱਛੇ ਜੇ ਡਾਕਟਰ ਰਾਜ ਨੇ ਰਾਜ ਕੁਮਾਰ ਜੀ ਨੇ ਗਰਾਂਟ ਭੇਜੀ ਸੀਗੀ, ਉਹ ਦੋ ਸ਼ੈੱਡਾਂ ਬਣਾਤੀਆਂ, ਥੋੜ੍ਹਾ ਜਿਹਾ ਬਗਲ ਵੀ ਕਰਾ ਦਿੱਤਾ ਵਾ, ਅਤੇ ਉਹਦੇ 'ਚ ਫਿਰ ਭੰਗ ਜਾਂਪੇ ਉੱਚੀ ਉੱਚੀ ਪੈਸਾ ਘੱਟ ਹੋਣ ਦੀ ਵਜ੍ਹਾ ਨਾਲ ਮੂਹਰੇ ਪੁਲੀ ਟੁੱਟ ਗਈ। ਉਹ ਕਹਿ ਗਏ ਸੀਗੇ ਜਿਹਦੇ ਨਾਲ ਟੂਬ ਇਹਦਾ ਵਾਟਰ ਸਪਲਾਈ ਦੇ ਟੂਬਵੈਲ ਦਾ ਉਦਘਾਟਨ ਹੋਇਆ ਸੀਗਾ, ਉਸ ਦਿਨ ਕਹਿੰਦੇ ਸੀਗੇ ਵੀ ਦੁਬਾਰੇ ਗਰਾਂਟ ਦੇਵਾਂਗੇ, ਵੀ 5 ਲੱਖ ਪਾ ਦਿੱਤਾ ਹੋਇਆ ਵੀ ਪੁਲੀ ਬਣਾਵਾਂਗੇ, ਪਰ ਹਲੇ ਉਹਦਾ ਕੰਮ ਸ਼ੁਰੂ ਨਹੀਂ ਹੋਇਆ ਜੀ। ਹੋਰ ਕਿਹੋ ਜਿਹੀਆਂ ਸਹੂਲਤਾਂ ਸਰ ਭਾਲਦੇ ਹੋ ਪਿੰਡ ਦੇ ਵਿੱਚ, ਕਿੱਦਾਂ ਦੀਆਂ ਜਿਹੜੀ ਅਗਲੇ ਸਮੇਂ ਸਰ ਪੰਚਾਇਤ ਆਉਣੀ ਆ ਅਤੇ ਕਿੱਦਾਂ ਦੀ ਸਹੂਲਤ ਦੇਖਦੇ ਹੋ ਪਿੰਡਾਂ ਦੇ ਵਿਕਾਸ ਪੱਧਰ ਨੂੰ ਲੈ ਕੇ? ਕੀ ਕਹੂੰਗਾ, ਅਸੀਂ ਪਿੰਡ ਦੇ ਨੁਮਾਇੰਦੇ ਜਾਂ ਵਾਸੀ ਇਹੀ ਚਾਹੁੰਦੇ ਹਾਂ ਵੀ ਜਿਹੜਾ ਇਸ ਵੇਲੇ ਪੜ੍ਹਿਆ ਲਿਖਿਆ ਯੁੱਗ ਚੱਲ ਰਿਹਾ ਹੈਗਾ, ਉਹੋ ਜਿਹੀ ਐਜੂਕੇਸ਼ਨ ਪ੍ਰਦਾਨ ਕੀਤੀ ਜਾਵੇ ਸਰਕਾਰ ਵੱਲੋਂ ਪੇਂਡੂ ਬੱਚਿਆਂ ਨੂੰ, ਕਿਉਂ ਇਹ ਨਹੀਂ, ਕਿਉਂ ਜਿਹੜੀ ਅੱਛੀ ਪੜ੍ਹਾਈ ਹੈ ਸ਼ਹਿਰਾਂ ਤੱਕ ਸੀਮਤ ਰਹਿ ਗਈ, ਉਹ ਹੈ ਪਿੰਡਾਂ ਵਿੱਚ ਲੋਕਾਂ ਦੇ ਕੋਲ ਕੋਈ ਇੱਦਾਂ ਦੀ ਸਹੂਲਤ ਨਹੀਂ ਹੈ, ਨਾ ਪੈਸਾ ਹੈ ਪੜ੍ਹਨ ਲਈ, ਮੋਟੀਆਂ ਮੋਟੀਆਂ ਫੀਸਾਂ ਲਈ ਜਾਂਦੀਆਂ। ਖਾਸ ਕਰਕੇ ਸਾਨੂੰ ਤਾਂ ਜੇ ਅਗਰ ਕਿਤੇ ਫਾਰਮ ਵੀ ਅਪਲਾਈ ਕਰਨਾ ਉੱਥੇ ਵੀ 500 ਰੁਪਇਆ ਐਡਮਿਸ਼ਨ ਫੀਸ ਹੀ ਹੈ ਅਪਲਾਈ ਕਰਨ ਲਈ, ਬਾਕੀ ਜਿਹੜੀਆਂ ਦੂਸਰੀਆਂ ਫੀਸਾਂ ਉਹ ਤਾਂ ਬਹੁਤ ਜ਼ਿਆਦਾ ਹੈ। ਮੈਂ ਆਪਣੇ ਬੱਚੇ ਨੂੰ ਪੜ੍ਹਾਇਆ ਹੈਗਾ, ਡਿਪਲੋਮਾ ਕਰਾਇਆ, ਬੀਟੈਕ ਕਰਾਈ, ਬਟ ਉਹਨੂੰ ਸਰਕਾਰੀ ਨੌਕਰੀ ਨਹੀਂ, ਹੁਣ ਵੀ ਹਿਮਾਚਲ ਜਾ ਕੇ ਨੌਕਰੀ ਕਰ ਰਿਹਾ ਇੱਕ ਪ੍ਰਾਈਵੇਟ ਫਰਮ ਵਿੱਚ। ਬਹੁਤ ਮਾੜਾ ਹਾਲ ਹੈ ਐਜੂਕੇਸ਼ਨ ਦਾ ਤਾਂ। ਚਲੋ ਅਸੀਂ ਜ਼ਰੂਰ ਕਹਿ ਦਿੰਦੇ ਵੀ ਸਮਾਰਟ ਸਕੂਲ ਬਣਾਤੇ, ਜੇ ਹੋ ਗਿਆ ਵੋ ਹੋ ਗਿਆ, ਬਿਲਡਿੰਗਾਂ ਉਹੀ ਹੈ ਜੀ, ਉਹਨਾਂ ਨੂੰ ਰੰਗ ਪੋਚੇ ਕਰ ਦਿੱਤਾ ਹੈਗਾ ਰੰਗ ਬਿਰੰਗੇ ਕਰਕੇ, ਤਾਂ ਉੱਪਰ ਕੁਛ ਲਿਖ ਦਿੱਤਾ ਬਸ ਜੀ, ਉਹਦੇ ਨਾਲ ਇਹ ਹੋ ਗਿਆ ਜੀ ਸਮਾਰਟ ਸਕੂਲ ਹੈ, ਇਹ ਵੀ ਲਿਖ ਦਿੱਤਾ ਵੀ ਹਾਂ ਇਹ ਸਮਾਰਟ ਸਕੂਲ ਹੈ ਜੀ ਤਿਆਰ ਕੀਤਾ ਗਿਆ ਬਸ। ਬਾਕੀ ਜਿਹੜੀ ਐਜੂਕੇਸ਼ਨ ਹੈਗੀ ਪਿੰਡ ਦੇ ਪੰਚਾਇਤਾਂ ਅਗਰ ਕੁਛ ਕਰਦੀਆਂ ਵੀ ਹੈਗੀਆਂ, ਇਹਨਾਂ ਦੀ ਸੁਣਾਈ ਬਹੁਤ ਘੱਟ ਕੀਤੀ ਜਾਂਦੀ ਹੈ। ਬੇਸ਼ੱਕ ਕੁਛ ਵੀ ਹੋਵੇ MLA ਜਾਂ ਮੰਤਰੀ ਜਿਹੜੇ ਹੈਗੇ ਕਰਦੇ ਮਰਜ਼ੀਆਂ ਹੈਗੇ ਆ, ਇਹ ਜ਼ਰੂਰੀ ਨਹੀਂ ਹੈ ਵੀ ਜੋ ਅਸੀਂ ਪਿੰਡ ਵਾਸੀਆਂ ਨੇ ਕਹਿ ਦਿੱਤਾ ਕਿ ਸਾਨੂੰ ਉਹ ਹਰ ਸਹੂਲਤ ਦੇ ਦਿੱਤੀ ਜਾਵੇ, ਕਿਉਂਕਿ ਸਾਡੀ ਡਿਸਪੈਂਸਰੀ ਵੀ ਦੇਖੋ ਜਿਹੜੀ ਰੂਰਲ ਡਿਸਪੈਂਸਰੀ ਹੈ ਜਿਹਦੇ ਅਸੀਂ ਏਰੀਏ ਦੇ ਅੰਡਰ ਆਉਂਦੇ ਹਾਂ, ਉਹ ਸਿੰਘਪੁਰ ਹੈ ਜੀ, ਉਹ ਵੀ ਇੱਥੋਂ ਮੇਰੇ ਖਿਆਲ 7-8 ਕਿਲੋਮੀਟਰ ਹੋਣੀ ਹੈ, 8 ਕਿਲੋਮੀਟਰ। ਇੱਧਰ ਦੂਸਰੇ ਪਾਸੇ ਮਿੰਨੀ PSC ਬਾੜੀਆਂ ਕਲਾਂ ਹੈ ਜੀ, ਉਹ ਵੀ ਇੱਥੋਂ 6-7 ਕਿਲੋਮੀਟਰ ਹੈ ਜੀ। ਔਰ ਸਾਨੂੰ ਜਿਹੜਾ ਸਬ ਸੈਂਟਰ ਲੱਗਦਾ ਆ ANM ਆਉਂਦੀ ਹੈ, ਉਹ ਇੱਥੇ ਜੈਤਪੁਰ ਬਹਿੰਦੀ ਹੈ ਜੀ। ਸਾਡੇ ਪਿੰਡ ਕੋਈ ਇਹੋ ਜਿਹੀ ਸੁਵਿਧਾ ਨਹੀਂ ਵੀ ਜਿਹੜੀ ਇੱਥੇ ਆ ਕੇ ਸਰਕਾਰੀ ਹੈਲਥ ਡਿਪਾਰਟਮੈਂਟ ਦੇ ਕੋਈ ਮੁਲਾਜ਼ਮ ਆ ਕੇ ਬਹਿੰਦੀ ਹੋਵੇ ਜਿਹੜੀ।